ਸੁਧਾਤ ਸ਼ੁਕਲਾ ਦੇ ਦੇਹਾਂਤ ਤੋਂ ਬਾਅਦ ਸ਼ਹਿਨਾਜ਼ ਗਿਲ ਨੇ ਜਨਤਕ ਤੌਰ ਤੇ ਇੱਕ ਤਰ੍ਹਾਂ ਦੂਰੀ ਬਣਾ ਲਈ ਹੈ ਹਾਲੀ ਦੇ ਵਿੱਚ ਉਸਨੇ ਆਪਣੇ ਮੈਨੇਜਰ ਕੌਸ਼ਲ ਜੋਸ਼ੀ ਦੀ ਮੰਗਣੀ ਅਟੈਂਡ ਕੀਤੀ ਜਿੱਥੇ ਉਸ ਨੂੰ ਡਾਂਸ ਕਰਦੇ ਦੇਖਿਆ ਗਿਆ ਇਹ ਵੇਖ ਕੇ ਸ਼ਹਿਨਾਜ਼ ਗਿਲ ਦੇ ਪ੍ਰਸ਼ੰਸਕ ਕਾਫੀ ਖੁਸ਼ ਹੋ ਗਏ ਕਿ ਉਹ ਮੁੜ ਕੇ ਸਧਾਰਨ ਹੋਣ ਵੱਲ ਪਰਤ ਰਹੀ ਹੈ ਇਸ ਵਿਚਾਲੇ ਅਸੀਮ ਰਿਆਜ਼ ਨੇ ਇੱਕ ਟਵੀਟ ਕਰ ਦਿੱਤਾ ਜਿਸ ਤੋਂ ਬਾਅਦ ਸ਼ਹਿਨਾਜ਼ ਦੇ ਪ੍ਰਸ਼ੰਸਕ ਭੜਕ ਗਏ ਅਤੇ ਉਸ ਨੂੰ ਟਰੋਲ ਕਰਨ ਲੱਗੇ ਹੁਣ ਇਸ ਪੂਰੇ ਮਾਮਲੇ ਤੇ ਅਸੀਮ ਨੇ ਇੱਕ ਹੋਰ ਟਵੀਟ ਕੀਤਾ ਤੇ ਆਪਣੀ ਸਫਾਈ ਦਿੰਦੀ ਹੈ ਉਸ ਦਾ ਕਹਿਣਾ ਹੈ ਕਿ ਉਸ ਨੇ ਸ਼ਹਿਨਾਜ਼ ਨੂੰ ਲੈ ਕੇ ਕੁਝ ਵੀ ਨਹੀਂ ਕਿਹਾ ਸੀ ਸਗੋਂ ਉਸ ਦੇ ਟਵੀਟ ਨੂੰ ਗਲਤ ਤਰੀਕੇ ਨਾਲ ਲਿਆ ਗਿਆ ਅਸੀਮ ਨੇ ਲਿਖਿਆ ਸੀ ਕਿ ਕੁਝ ਡਾਂਸਿੰਗ ਵੀਡੀਓ ਦੇਖੀਆਂ ਨੇ ਕੁਝ ਲੋਕ ਇੰਨੀ ਜਲਦੀ ਆਪਣੇ ਪਿਆਰਿਆਂ ਨੂੰ ਭੁੱਲ ਕੇ ਅੱਗੇ ਵੱਧ ਜਾਂਦੇ ਨੇ ਕਿਆ ਬਾਤ ਕਿਆ ਬਾਤ #newworld ਯੂਜ਼ਰਸ ਨੇ ਜਦੋਂ ਇਹ ਟਵੀਟ ਵੇਖਿਆ ਤਾਂ ਸ਼ਹਿਨਾਜ਼ ਦੇ ਨਾਲ ਜੋੜ ਕੇ ਉਹਨਾਂ ਅਸੀਮ ਨੂੰ ਇਸ ਤੇ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ ਜਿਸ ਤੋਂ ਬਾਅਦ ਅਸੀਮ ਨੇ ਇਸ ਪੋਸਟ ਦੀ ਸਫਾਈ ਦਿੱਤੀ ਹੈ ਉਸ ਨੇ ਆਪਣੇ ਅਗਲੇ ਟਵੀਟ ਵਿੱਚ ਲਿਖਿਆ ਹੈ ਦੋਸਤੋ ਮੇਰਾ ਧਿਆਨ ਇਸ ਪਾਸੇ ਗਿਆ ਤੇ ਮੈਨੂੰ ਲੱਗਦਾ ਹੈ ਕਿ ਹੁਣ ਮੈਨੂੰ ਇਸਨੂੰ ਸਾਫ਼ ਕਰਨ ਦੀ ਜ਼ਰੂਰਤ ਹੈ ਮੈਂ ਪਿਛਲੇ ਮਹੀਨੇ ਜੰਮੂ ਵਿੱਚ ਆਪਣੇ ਇੱਕ ਕਰੀਬੀ ਦੋਸਤ ਨੂੰ ਗੁਆਇਆ ਤੇ ਉਸੇ ਗਰੁੱਪ ਦੇ ਮੇਰੇ ਕੁਝ ਦੋਸਤ ਗੁਆ ਵਿੱਚ ਹੁਣ ਪਾਰਟੀ ਕਰ ਰਹੇ ਨੇ ਅਸੀਮ ਨੇ ਅੱਗੇ ਲਿਖਿਆ ਮੈਂ ਅਸਲ ਵਿੱਚ ਉਨ੍ਹਾਂ ਬਾਰੇ ਬੋਲ ਰਿਹਾ ਸੀ ਨਾ ਕਿ ਤੁਹਾਡੇ ਬਾਰੇ ਜਿਸ ਨੂੰ ਤੁਸੀਂ ਸਾਰੇ ਸੋਚ ਰਹੇ ਹੋ ਤੇ ਇੱਕ ਗੱਲ ਯਾਦ ਰੱਖੋ ਜੇਕਰ ਮੈਂ ਕੁਝ ਵੀ ਕਹਿਣਾ ਹੋਵੇਗਾ ਤਾਂ ਮੈਂ ਸੱਦਾ ਆ ਕੇ ਮੂੰਹ ਤੇ ਕਹਾਂਗਾ ਮੇਰੇ ਕਰੀਬੀ ਵੀ ਨੇ ਮੇਰੇ ਘਰ ਵਾਲੇ ਵੀ ਨੇ ਇਸ ਲਈ ਇਸ ਤਰ੍ਹਾਂ ਟਾਰਗੇਟ ਕਰਨਾ ਬੰਦ ਕਰੋ ਤੇ ਹਮਦਰਦੀ ਲੈਣਾ ਬੰਦ ਕਰੋ ਦੱਸਦੀ ਹੈ ਕਿ ਅਸੀਮ ਦੇ ਸਫਾਈ ਵਾਲੇ ਟਵੀਟ ਕਰਨ ਦੇ ਬਾਵਜੂਦ ਵੀ ਕੁਝ ਯੂਜ਼ਰਸ ਹਾਲੇ ਉਹਨਾਂ ਨੂੰ ਟ੍ਰੋਲ ਕਰ ਰਹੇ ਨੇ ਤੇ ਕਹਿ ਰਹੇ ਨੇ ਕਿ ਇਹ ਬਹੁਤ ਹੀ ਮਾੜਾ ਕਵਰ ਅਪ ਹੈ ਬਹੁਤ ਹੀ ਮਾੜੀ ਸਫਾਈ ਹੈ ਉਹਨਾਂ ਵੱਲੋਂ ਸ਼ੈਨਾਜ਼ ਗਿੱਲ ਨੂੰ ਪਹਿਲਾਂ ਟਾਰਗੇਟ ਕੀਤਾ ਗਿਆ ਸੀ ਦੱਸਣਯੋਗ ਹੈ ਕਿ ਸੋਸ਼ਲ ਮੀਡੀਆ ਤੇ ਯੂਜ਼ਰਸ ਵੱਲੋਂ ਹੈਸ਼ਟੈਗ ਸ਼ੇਮ ਔਨ ਅਸੀਮ ਰਿਆਜ਼ਵੀ ਵਰਤਿਆ ਜਾ ਰਿਹਾ ਹੈ ਜਿਸ ਵਿੱਚ ਅਸੀਮ ਰਿਆਜ਼ ਨੂੰ ਇਸ ਟਵੀਟ ਕਰਕੇ ਟਰੋਲ ਕੀਤਾ ਜਾ ਰਿਹਾ ਹੈ ਬਿਊਰੋ ਰਿਪੋਰਟ ਪੀਬੀਸੀ ਨਿਊਜ਼